सत श्रीकाल जी मैं पंजाबी सकसैनाबर वेख रहे आप सब स्वागत कर दी खबरें शुरुआत कराविज केरल जहाज हादसा हूं तक पायलट समेत अठारह लोगों की मौत राष्ट्रपति पीएम मोदी राहुल गांधी समेत कई दिग्गज नेताओं ने जताया दुख ਅਗਸਤ ਵਿੱਚ ਮਹਾਰਾਸ਼ਟਰੀ ਨੇ ਤੋੜੇ ਸਾਰੇ ਰਿਕਾਰਡ ਦੁਨੀਆ ਦਾ ਹੌਟਸਪੌਟ ਬਣਨ ਤੇ ਰਾਤੇ ਭਾਰਤ 24 ਘੰਟੇ ਵਿੱਚ 61537 ਕੇਸ ਆਇਆ ਸਾਹਮਣੇ ਪੰਜਾਬ ਵਿੱਚ ਮੁਰ ਸ਼ਕਤੀ ਅਜ ਤੋਂ ਸ਼ਹਿਰ ਵਿੱਚ ਲੱਗੇਗਾ ਨਾਈਟ ਕਰਫਿਊ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ ਨਾਈਟ ਕਰਫਿਊ ਜੈਰਲੀ ਸ਼ਰਾਬ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਹੁਣ ਤੱਕ ਕੀਤੀ ਗਈ 54 ਗ੍ਰਿਫਤਾਰੀਆਂ ਜੈਰਲੀ ਸ਼ਰਾਬ ਦੁਕਾਨ ਵਿੱਚ ਸ਼ਾਮਿਲ ਦੋ ਪਗੋੜੇ ਵੀ ਗ੍ਰਿਫਤਾਰ ਅੱਜ ਵੀ ਐਮ ਮੋਦੀ ਕਰਨਗੇ ਰਾਸ਼ਟਰੀ ਸਵੱਛਤਾ ਕੇਂਦਰ ਦਾ ਉਦਘਾਟਨ ਸਕੂਲੀ ਵਿਦਿਆਰਥੀਆਂ ਨਾਲ ਕਰਨਗੇ ਕੱਲ ਬਾਅਦ ਅੱਜ ਸ਼ਾਮ 4 ਵਜੇ ਹੋਵੇਗਾ ਪ੍ਰੋਗਰਾਮ ਖਬਰ ਵਿਸਥਾਰ ਨਾਲ ਕੇਰਲ ਦੇ ਕੋਜੀਕੋਟ ਵਿੱਚ ਤੇ ਸ਼ਾਮ ਇੱਕ ਵੱਡਾ ਜਹਾਦ ਹਾਸਾ ਵਾਪਰ ਗਿਆ ਇਸ ਹਾਸੇ ਵਿੱਚ ਮਰਨ ਵਾਲੇ ਦਾ ਆંકੜਾ 18 ਤੱਕ ਪਹੁੰਚ ਗਿਆ ਕੇਰਲ ਦੇ ਮਲਪੁਰਮ ਦੇ ਜ਼ਿਲ੍ਹਾ ਅਧਿਕਾਰੀ ਕੇ ਗੋਪਾਲ ਕ੍ਰਿਸ਼ਨਨ ਨੇ ਇਸ ਜਹਾਜ਼ ਹਾਸੇ ਵਿੱਚ 18 ਲੋਕਾਂ ਦੀ ਮੌਤ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ ਗੋਪਾਲ ਕ੍ਰਿਸ਼ਨਨ ਨੇ ਕਿਹਾ ਹੈ ਕਿ ਸਾਰੇ ਜ਼ਖਮੀਆਂ ਨੂੰ ਮਲਪੁਰਮ ਅਤੇ ਕੋਜੀਕੋਡ ਦੇ ਵੱਖ-ਵੱਖ ਹਸਪਤਾਲਾਂ ਵਿੱਚ ਸਪਰਟੀ ਕਰਵਾਇਆ ਗਿਆ ਜ਼ਖਮੀਆਂ ਦਾ ਹਰ ਸੰਭਵ ਇਲਾਜ ਕੀਤਾ ਜਾ ਰਿਹਾ ਹੈ ਤਸਦੀਕ ਕੀ 에ਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਜੋ ਕਿ ਦੁਬਈ ਤੋਂ ਕੇਰਲ ਦੇ ਕੋਜੀਕੋਡ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਸ਼ਹਿਰੀ ਹਵਾਬਾਜੀ ਡਾਇਰੈਕਟੋਰੇਟ ਜਨਰਲ ਨੇ ਕਿਹਾ ਕਿ ਦੁਬਈ ਤੋਂ ਆਇਆ ਇਹ ਜਹਾਜ਼ ਕੋਜੀਕੋਟ ਹਵਾਈ ਅੱਡੇ ਤੇ ਸ਼ਾਮ 7 ਵਜੇ 41 ਮਿੰਟ ਤੇ ਹਵਾਈ ਅੱਡੇ ਦੇ ਰਨਵੇ ਤੋਂ ਫਿਸਲ ਕੇ ਹਾਸਰ ਸ਼ਿਕਾਰ ਹੋਇਆ ਅਤੇ ਦੋ ਹਿੱਸਿਆਂ ਵਿੱਚ ਟੁੱਟ ਗਿਆ ਜਹਾਜ਼ ਵਿੱਚ 174 ਯਾਤਰੀ 10 ਬੱਚੇ ਦੋ ਪਾਇਲਟ ਅਤੇ ਚਾਲਕ ਦਲ ਦੇ ਪੰਜ ਮੈਂਬਰ ਸਵਾਰ ਸਨ ਜਹਾਜ਼ ਫਿਸਲ ਕੇ 35 ਫੁੱਟ ਡੂੰਗੀ ਖੱਡ ਵਿੱਚ ਚਾਟ ਗਿਆ ਪ੍ਰਧਾਨ ਮੰਤਰੀ ਮੋਦੀ ਨੇ ਕੇਰਲ ਜਹਾਜ਼ ਹਾਦਸੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਕੇਰਲ ਦੇ ਮੁੱਖ ਮੰਤਰੀ ਪੀ ਵਿਜੀਯਨ ਨਾਲ ਗੱਲਬਾਤ ਕੀਤੀ ਅਤੇ ਹਰ ਸੰਭਵ ਮਦਦ ਦਾ ਪ੍ਰੋਸਾ ਦਿੱਤਾ। ਕਟਨਾਤੇ ਰਾਸ਼ਪਤੀ ਰਾਮਨੰਥ ਕੋਵਿੰਦ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਸ਼ੈਰੀ ਹਵਾਵਾਜੀ ਮਤੀ ਹਰਦੀਪ ਸਿੰਘ ਪੂਰੀ ਅਤੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਡੂੰਘਾ ਦੁੱਖ ਜਤਾਇਆ। ਉਤੇ ਹਾਦਸੇ ਵਿੱਚ ਜ਼ਖਮੀ ਲੋਕਾਂ ਦੇ ਪਰਿਵਾਰ ਵਾਲਿਆਂ ਦੀ ਮਦਦ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਨੇ ਜੋ ਤੁਸੀਂ ਟੀਵੀ ਸਕਰੀਨ ਤੇ ਵੇਖ ਸਕਦੇ ਹੋ। ਉਧਰ ਨਾਗਰਿਕ ਖਵਾਵਾਜੀ ਮੰਤਰੀ ਹਰਦੀਪ ਸਿੰਘ ਪੂਰੀ ਨੇ ਕਿਹਾ ਹੈ ਕਿ ਇਸ ਹਾਦਸੇ ਵਿੱਚ ਦੋ ਪਾਇਲਟ ਸਮੇਤ 18 ਲੋਕਾਂ ਦੀ ਮੌਤ ਹੋ ਗਈ ਹੈ ਇਹ ਮੰਦ ਭਾਗੀ ਘਟਨਾ 127 ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਉਹ ਹੁਣ ਕੋਜੀਕੋਟ ਜਾ ਰਹੇ ਹਨ ਉਦਾ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਕਿਹਾ ਹੈ ਕਿ ਕੇਰਲ ਦੇ ਕੋਜੀਕੋਟ ਵਿੱਚ 에어 ਇੰਡੀਆ ਐਕਸਪ੍ਰੈਸ ਜਹਾਜ਼ ਦੇ ਹਾ사ਗ੍ਰਸਤ ਹੋਣ ਦੀ ਖਬਰ ਸੁਣ ਕੇ ਉਹ ਬੇਹਦੀ ਦੁਖੀ ਨੇ ਉਹਨਾਂ ਨੇ ਕਿਹਾ ਹੈ ਕਿ ਅੱਗੇ ਦੇ ਵੇਰਵੇ ਦਾ ਪਤਾ ਲਗਾਇਆ ਜਾ ਰਿਹਾ ਹੈ ਜੈ ਸ਼ੰਕਰ ਨੇ ਟਵੀਟ ਕਰਕੇ ਕੇਲ ਜਹਾਜ਼ ਹਾਸੇ ਤੇ ਗਹਿਰਾ ਦੁੱਖ ਜਤਾਇਆ ਕੇਰਲ ਵਿੱਚ ਕੋਜੀਕੋਟ 에어ਪੋਰਟ ਤੇ 에어 ਇੰਡੀਆ ਦਾ ਜਹਾਜ਼ ਰਨਵੇ ਤੇ ਫਿਸਲ ਗਿਆ ਜਿਸ ਕਰ ਇੱਕ ਵੱਡਾ ਹਾਸਾ ਵਾਪਰ ਗਿਆ ਰਨਵੇ ਤੇ ਜਹਾਜ਼ ਦੇ ਫਿਸਲਣ ਤੋਂ ਬਾਅਦ ਜਹਾਜ਼ ਕ੍ਰੈਸ਼ ਹੋ ਗਿਆ ਤੇ ਦੋ ਹਿੱਸਿਆਂ ਵਿੱਚ ਟੁੱਟ ਗਿਆ जानकारी के मुताबिक जहाज दुबई तो आ रहा सी जिस ਵਿੱਚ 10 ਬੱਚਾ ਸਮੇਤ 6 ਕਰੂ ਮੈਂਬਰ ਅਤੇ 180 ਯਾਤਰੀ ਸਵਾਰ ਸਨ ਇਸ ਹਾਦਸੇ ਵਿੱਚ ਪਾਇਲਟ ਸਮੇਤ 18 ਹੋਰ ਲੋਕਾਂ ਦੀ ਮੌਤ ਹੋ ਗਈ ਜਿਸ ਵਿੱਚ ਇੱਕ ਬੱਚਾ ਵੀ ਸ਼ਾਮਿਲ ਹੈ ਜਦਕਿ ਕਈ ਲੋਕਾਂ ਨੇ ਚਕਮੀ ਹੁੰਦੀ ਖਬਰ ਹੈ ਇਸ ਹਾਦਸੇ ਤੇ ਦਿੱਗਜ ਕ੍ਰਿਕਟਰ ਸਚਿਨ ਤੰਦੁਲਕਰ ਤੋਂ ਲੈ ਕੇ ਰੋਹਿਤ ਸ਼ਰਮਾ ਤੱਕ ਨੇ ਸੋਗ ਪ੍ਰਗਟਾਇਆ ਹਨਵਾਦ ਦੇ ਅਗਲੀ ਖਬਰ ਵੱਲ ਪਾਤੀ ਵਿੱਚ ਮਹਾਮਾਰੀ ਦੀ ਰਫਤਾਰ ਵਿਸ਼ਵ ਮੁਕਾਬਲੇ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ ਅਗਸਤ ਦੇ ਅਜੇ ਸਿਰਫ 6 ਦਿਨ ਹੀ ਲੰਘੇ ਨੇ ਅਤੇ ਮਹਾਮਾਰੀ ਦੇ ਵਧ ਰਹੇ ਗ੍ਰਾਫ ਨੇ ਭਾਰਤ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਮਹਾਮਾਰੀ ਹੌਟਸਪੌਟ ਬਣਾ ਦਿੱਤਾ ਇਸ ਮਹੀਨੇ ਤੱਕ ਭਾਰਤ ਵਿੱਚ ਦੁਨੀਆਵਿਸ਼ ਮਹਾਮਾਰੀ ਦੇ ਸੱਤ ਵੱਧ ਕੇਸ ਵੇਖੇ ਗਏ ਨੇ ਦੇਸ਼ ਵਿੱਚ ਲਗਾਤਾਰ ਦੋਸਰੇ ਦਿਨ 60000 ਤੋਂ ਜ਼ਿਆਦਾ ਮਹਾਮਾਰੀ ਦੇ ਮਾਮਲੇ ਆਏ ਨੇ ਇਸ ਦਿਨ ਹਾਲੀ ਭਾਰਤ ਵਿੱਚ ਮਹਾਂਮਾਰੀ ਦੇ ਕੁੱਲ ਮਾਮਲਿਆਂ ਦਾ ਅੰਕੜਾ 21 ਲੱਖ ਦੇ ਕਰੀਬ ਪਹੁੰਚ ਗਿਆ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 168537 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ 933 ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਦਿਨ ਪਹਿਲਾਂ 62538 ਮਾਮਲੇ ਸਾਹਮਣੇ ਆਏ ਸਨ ਜੋ ਕਿ ਹੁਣ ਤੱਕ ਦੇ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਨੇ। ਭਾਰਤ ਵਿੱਚ ਕੁੱਲ ਮਾਮਲੇ ਦੇ 38% ਦੀ ਕੀ ਸਿਰਫ 5 ਰਾਜਾਂ ਵਿੱਚ ਨੇ। ਇਹਨਾਂ ਵਿੱਚ ਆਂਧਰਾ ਪ੍ਰਦੇਸ਼ ਕਰਨਾਟਕਾ ਉੱਤਰ ਪ੍ਰਦੇਸ਼ ਪੱਛੀ ਬੰਗਾਲ ਅਤੇ ਬਿਹਾਰ ਸ਼ਾਮਲੇ 16 ਜੁਲਾਈ ਤੱਕ ਜਦੋਂ ਦੇਸ਼ ਵਿੱਚ ਮਹਾਂਮਾਰੀ ਦੇ 10 ਲੱਖ ਮਾਮਲੇ ਸਨ ਤਾਂ ਇਨ੍ਹਾਂ ਰਾਜਾਂ ਤੋਂ 19% ਕੇਸ ਸਾਹਮਣੇ ਆਏ ਸਨ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿੱਚ ਕੁੱਲ 288000 ਮਾਮਲੇ ਸਾਹਮਣੇ ਆ ਚੁੱਕੇ ਨੇ ਇਨ੍ਹਾਂ ਮਾਮਲੇ ਵਿੱਚ ਐਕਟਿਵ ਮਰੀਜ਼ਾਂ ਦੀ ਸੰਖਿਆ 619000 ਹੈ ਕੁੱਲ ਅੰਕੜੇ ਵਿੱਚੋਂ 1427000 ਲੋਕ ਠੀਕ ਹੋ ਕੇ ਘਰ ਨੂੰ ਜਾ ਚੁੱਕੇ ਨੇ ਜਦਕਿ 42518 ਲੋਕ ਹੁਣ ਤੱਕ ਆਪਣੀ ਜਾਨ ਗਵਾ ਚੁੱਕੇ ਨੇ ਦੁਨੀਆ ਭਰ ਵਿੱਚ ਮਹਾਂਮਾਰੀ ਪ੍ਰਭਾਵਿਤ ਮੁਲਕਾਂ ਭਾਰਤ ਦਾ ਤੀਜੇ ਸਥਾਨ ਤੇ ਹੈ ਭਾਰਤ ਵਿੱਚ ਸਭ ਤੋਂ ਜ਼ਿਆਦਾ ਐਕਟਿਵ ਕੇਸ ਮਹਾਰਾਸ਼ਟਰ ਵਿੱਚ ਨੇ ਉਤੇਜਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਮਹਾਂਮਾਰੀ ਦਾ ਕਿਹ ਹੈ ਜਾ ਰਹੀ ਹੈ ਜਿੱਥੇ ਜ਼ਿਲ੍ਹਾ ਪਟਿਆਲਾ ਦੇ ਸਭ ਡਿਵੀਜ਼ਨ ਪਾਤੜਾ ਅੰਦਰ ਮਹਾਂਮਾਰੀ ਨਾਲ ਸੰਬੰਧਿਤ ਮਰੀਜ਼ਾਂ ਦੀ ਗਿਣਤੀ ਵਿੱਚ ਦਿਨੋ-ਦਿਨ ਵਾਧਾ ਹੀ ਹੁੰਦਾ ਜਾ ਰਿਹਾ ਜਿਸ ਦੇ ਤਹਿਤ ਅੱਜ ਪਾਤੜਾ ਸ਼ਹਿਰ ਅੰਦਰ ਦੋ ਹੋਰ ਵਾਇਰਸ ਪੋਜ਼ਿਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹਾਂ ਮੁੱਢਲਾ ਸਿਹਤ ਕੇਂਦਰ ਪਾਤੜਾ ਤੋਂ ਡਾਕਟਰ ਸਾਹਿਲ ਜੈਨ ਨੇ ਕਿਹਾ ਹੈ ਕਿ ਅੱਜ ਪਾਤੜਾ ਸ਼ਹਿਰ ਅੰਦਰ ਦੋ ਮਰੀਜ਼ਾਂ ਦੀ ਵਾਇਰਸ ਸਬੰਧੀ ਰਿਪੋਰਟਾਂ ਪੋਜ਼ਿਟਿਵ ਆਈਆਂ ਨੇ ਜਿਨ੍ਹਾਂ ਵਿੱਚੋਂ ਪਾਤੜਾ ਦੇ ਵਾਰਡ ਨੰਬਰ 10 ਵਿੱਚੋਂ ਇੱਕ ਅਤੇ ਵਾਰਡ ਨੰਬਰ 5 ਵਿੱਚੋਂ ਇੱਕ ਮੇਜ ਪੋਜ਼ਿਟਿਵ ਆਇਆ ਗਿਆ ਜਿਨ੍ਹਾਂ ਨੂੰ ਉਹਨਾਂ ਦੇ ਘਰ ਅੰਦਰ ਹੀ ਆਈਸੋਲੇਟ ਕਰ ਦਿੱਤਾ ਗਿਆ ਹੈ ਉਤੇਜਲਾ ਮਾਨਸਾ ਦੇ ਸਰਦੂਲਗੜ ਸ਼ਹਿਰ ਦੇ ਵਾਰਡ ਨੰਬਰ 11 ਵਿੱਚ ਇੱਕ 45 ਸਾਲਾ ਵਿਅਕਤੀ ਅਤੇ ਫੱਤਾ ਮਾਲੋਕਾ ਦੇ 21 ਸਾਲਾ ਲੜਕੇ ਦੀ ਰਿਪੋਰਟ ਮਾਮਾਰੀ ਪੋਸਟੀ ਪਾਈ ਗਈ ਹੈ ਅਤੇ ਲੋਕਾਂ ਚ ਸਹਿਮ ਦਾ ਮਾਹੌਲ ਹੈ ਇਸ ਸਬੰਧੀ ਡਾਕਟਰ ਸੋਹਣ ਲਾਲ ਅਰੋੜਾ ਨੇ ਦੱਸਿਆ ਕਿ ਸਰਦੂਲਗੜ ਵਿੱਚ ਦਾ ਵਿਅਕਤੀ ਜੋ ਬੀਤੇ ਦਿਨ ਯੂਪ ਦੇ ਕਾਨਪੂਰ ਤੋਂ ਆਇਆ ਸੀ ਜਦੋਂ ਕਿ ਫੱਤਾ ਮਾਲੋਕਾ ਦਾ 21 ਸਾਲਾ ਲੜਕਾ ਬੀਤੇ ਦਿਨ ਜਿਰਖਪੁਰ ਤੋਂ ਆਇਆ ਸੀ ਜਿਨ੍ਹਾਂ ਦੀ ਰਿਪੋਰਟ ਪੋਜ਼ੀਟਿਵ ਆਜਾਨ ਤੇ ਉਹਨਾਂ ਨੂੰ ਆਈਸੋਲੇਸ਼ਨ ਵਾਰਡ ਮਾਨਸਾ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਕੰਟਰੈਕਟ ਵਿੱਚ ਆਉਣ ਵਾਲੇ ਵਿਅਕਤੀਆਂ ਦੇ ਟੈਸਟ ਕਰਨ ਲਈ ਪੜਤਾਲ ਕੀਤੀ ਜਾ ਰਹੀ ਹੈ ਕਿ ਕਿਹੜੇ-ਕਿਹੜੇ ਵਿਅਕਤੀ ਉਹਨਾਂ ਦੇ ਸੰਪਰਕ ਵਿੱਚ ਆਏ ਨੇ। ਮਾਹਮਾਰੀ ਤੇ ਕਾਬੂ ਪਾਉਣ ਲਈ ਲਾਕਡਾਊਨ ਲਗਾਇਆ ਗਿਆ ਸੀ ਜਿਸ ਵੇਲੇ ਸ਼ਰਾਬ ਦੀਆਂ ਦੁਕਾਨਾਂ ਵੀ ਬੰਦ ਰਹੀਆਂ ਨੇ। ਲਾਕਡਾਊਨ ਵਿੱਚ ਢਿੱਲ-ਮਿਲਣ ਮਗਰੋਂ ਮਾਲੀਆ ਵਧਾਉਂਦੇ ਨਾਂ ਤੇ ਸ਼ਰਾਬ ਦੀਆਂ ਦੁਕਾਨਾਂ ਖੋਹ ਦਿੱਤੀ ਗਈਆਂ। ਹੁਣ ਦਿੱਲੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੋਲਣ ਦਾ ਸਮਾਂ ਵਧਾਇਆ ਗਿਆ ਦਿੱਲੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੋਲਣ ਦਾ ਸਮਾਂ ਸਵੇਰੇ 10 ਵਜੇ ਤੋਂ ਰਾਤ 9 ਵਜੇ ਤੱਕ ਸੀ ਹੁਣ ਮਾਲੀਆ ਵਧਾਉਣ ਲਈ ਹੁਣ ਰਾਤ ਵੇਲੇ ਦੁਕਾਨਾਂ ਖੋਲਣ ਦੇ ਸਮੇਂ ਵਿੱਚ 1 ਘੰਟੇ ਦਾ ਇਜ਼ਾਫਾ ਕੀਤਾ ਜਾ ਰਿਹਾ ਹੈ ਦਰਸਲ ਲੋਕਡਾਊਨ ਤੋਂ ਪਹਿਲਾਂ ਦਿੱਲੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਖੁੱਲੀਆਂ ਜਾਂਦੀਆਂ ਸਨ ਹੁਪਰ ਹੁਣ ਮੂੜ ਤੋਂ ਆਪਕਾਰੀ ਵਿਭਾਗ ਨੇ ਹੁਕਮ ਜਾਰੀ ਕਰਦੇ ਕਿਹਾ ਹੈ ਕਿ ਹੁਣ ਸ਼ਹਿਰ ਵਿੱਚ ਸ਼ਰਾਬ ਦੀਆਂ ਦੁਕਾਨਾਂ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਖੁੱਲੀਆਂ ਰਹਿਣਗੀਆਂ ਪੰਜਾਬ ਵਿੱਚ ਵੱਧ ਰਹੇ ਮਹਾਂਮਾਰੀ ਕਿਸਾਂ ਦੇ ਮੱਦੇਨਜ਼ਰ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰਾਂ ਵਿੱਚ ਨਾਈਟ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਮੁੱਖ ਮੰਤਰੀ ਦੇ ਆਦੇਸ਼ਾਂ ਅਨੁਸਾਰ ਲੁਧਿਆਣਾ, ਜੁਲੰਦਰ ਅਤੇ ਪਟਿਆਲਾ ਵਿੱਚ ਅੱਜ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਰਹੇਗਾ। ਹੁਣ ਵਾਪਸ ਅਗਲੀ ਖਬਰ ਵੱਲ ਪ੍ਰਧਾਨ ਮੰਤਰੀ ਮੋਦੀ ਅੱਜ ਰਾਸ਼ਟਰੀ ਸਵੱਛਤਾ ਕੇਂਦਰ ਦਾ ਉਦਘਾਟਨ ਕਰਨਗੇ ਮਹਾਤਮਾ ਗਾਂਧੀ ਨੂੰ ਸਮਰਪਿਤ ਰਾਸ਼ਟਰੀ ਸਵੱਛਤਾ ਕੇਂਦਰ ਦੀ ਸਭ ਤੋਂ ਪਹਿਲਾ ਐਲਾਨ ਪ੍ਰਧਾਨ ਮੰਤਰੀ ਮੋਦੀ ਨੇ 10 ਅਪ੍ਰੈਲ 2017 ਨੂੰ ਗਾਂਧੀ ਜੀ ਦੇ ਚੰਪਾਰਨ ਸਤਿਆਗ੍ਰਹਿ ਦੇ 100 ਸਾਲ ਪੂਰੇ ਹੋਣ ਤੇ ਕੀਤੀ ਸੀ ਇਹ ਸਵੱਛਤਾ ਮਿਸ਼ਨ ਤੇ ਇੱਕ ਇੰਟਰਐਕਟਿਵ ਸੈਂਟਰ ਹੋਵੇਗਾ ਇੱਕ ਅਧਿਕਾਰਿਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਜਘਾਟ ਨੇੜੇ ਆਰਐਸਕੇ ਦਾ ਦੌਰਾ ਕਰਨ ਤੋਂ ਬਾਅਦ ਮੋਦੀ ਰਾਜਘਾਟ ਨੇੜੇ ਸਿਹਰੀਕ ਦੂਰੀਆਂ ਦਾ ਧਿਆਨ ਰੱਖਦੇ ਹੋਏ आरएसके ऑडिटोरियम ਵਿੱਚ ਦਿੱਲੀ ਦੇ 36 ਸਕੂਲੀ ਵਿਦਿਆਰਥੀ ਨਾਲ ਗੱਲਬਾਤ ਕਰਨਗੇ ਜੋ 36 ਸੂਬਿਆਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਨੁਮਾਇੰਦਗੀ ਕਰਨਗੇ ਇਸ ਤੋਂ ਬਾਅਦ ਉਹ ਸੰਬੋਧਨਤ ਕਰਨਗੇ ਇਹ ਪ੍ਰੋਗਰਾਮ ਅੱਜ ਸ਼ਾਮ 4 ਵਜੇ ਸ਼ੁਰੂ ਹੋਵੇਗਾ ਆਡੀਟੋਰੀਅਮ ਨੰਬਰ 2 ਵਿੱਚ ਗਾਂਧੀ ਦੇ ਸਵਚ ਭਾਰਤ ਦੇ ਸੁਪਨੇ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਾਪਤ ਕਰਨ ਲਈ ਕੀਤੇ ਕੰਮ ਦੀ ਕਹਾਣੀ ਪਿਆਨ ਕੀਤੀ ਜਾਏਗੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਵਚ ਪਾਠ ਮਿਸ਼ਨ ਨੇ ਭਾਰਤ ਵਿੱਚ ਪਿੰਡੂ ਸਵਚਤਾ ਦੀ ਦਿੱਖ ਨੂੰ ਬਦਲ ਰਕੇ ਰੱਖ ਦਿੱਤਾ ਅਤੇ 55 ਕਰੋੜ ਤੋਂ ਵੱਧ ਲੋਕਾਂ ਦੇ ਕੂਲੇ ਵਿੱਚ ਗੰਦਾ ਕਰਨ ਦੀ ਆਦਤ ਬਦਲ ਦਿੰਦੀ ਹੈ ਉਹਨਾਂ ਨੇ ਪਖਾਨੇ ਦੀ ਵਰਤੋਂ ਸ਼ੁਰੂ ਕਰ ਦਿੱਤੀ ਭਾਰਤ ਨੂੰ ਇਸ ਦੇ ਲਈ ਇੰਟਰਨੈਸ਼ਨਲ ਸੰਗਠਨਾ ਤੋਂ ਕਾਫੀ ਤਾਰੀਫ਼ ਮਿਲੀ ਅਤੇ ਅਸੀਂ ਦੁਨੀਆ ਲਈ ਇੱਕ ਮਿਸਾਲ ਕਾਇਮ ਕੀਤੀ ਇਸ ਵਿੱਚ ਕਿਹਾ ਗਿਆ ਹੈ ਕਿ ਇਹ ਮਿਸ਼ਨ ਦੂਸਰੇ ਪੜਾਅ ਵਿੱਚ ਹੈ ਜਿਸ ਦਾ ਮਕਸਦ ਭਾਰਤ ਦੇ ਪਿੰਡਾਂ ਨੂੰ ਖੁੱਲੀ ਵਿੱਚ ਪਖਾਨਾ ਕਰਨ ਤੋਂ ਮੁਕਤ ਕਰਨਾ ਹੈ ਗਿਰੀਸ਼ ਚੰਦਰ ਮੁਰਮੂ ਨੇ ਅੱਜ ਕੰਟਰੋਲਰ ਅਤੇ ਆਡੀਟਰ ਜਨਰਲ ਯਾਨੀ ਕਿ ਕੈਗ ਅਹੁਦੇ ਦੀ ਸੌਂ ਚੁੱਕੀ ਹੈ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼੍ਰੀ ਮੁਰਮੂ ਨੂੰ ਅਹੁਦੇ ਦੀ ਸੌਂ ਚੁਕਾਈ ਹੈ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਸਮਾਰੋਹ ਵਿੱਚ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਪ੍ਰਧਾਨ ਮੰਤਰੀ ਮੋਦੀ ਸਮੇਤ ਦਿੱਗਜ ਨੇਤਾ ਹਾਜ਼ਰ ਸਨ ਸ਼੍ਰੀ ਮੁਰਮੂ ਦੇਸ਼ ਦੇ 14ਵੇਂ ਕੈਗ ਮੁਖੀ ਨੇ ਉਹਨਾਂ ਨੇ ਰਾਜੀਵ ਮਹਰੇਸ਼ੀ ਦੇ ਸਥਾਨ ਤੇ ਇਹ ਜ਼ਿੰਮੇਵਾਰੀ ਸੰਭਾਲੀ ਹੈ ਸ਼੍ਰੀ ਮੁਰਮੂ ਨੇ ਈਸ਼ਵਰ ਦੇ ਨਾਂ ਤੇ ਹਿੰਦੀ ਵਿੱਚ ਅਹੁਦੇ ਦੀ ਸੌਂ ਚੁੱਕੀ ਹੈ ਨਵਾਂਦੇ ਪੰਜਾਬਲ ਪੰਜਾਬ ਪੁਲਿਸ ਨੇ ਸ਼ਰਾਬ ਦੁਕਾਨਦਾਰ ਵਿੱਚ ਸ਼ਾਮਿਲ फरार ਦੋ ਮੁੱਖ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦੋਂ ਕਿ ਇਸ ਕੇਸ ਵਿੱਚ ਸਾਰੇ ਮੁਲਜ਼ਮਾਂ ਖਿਲਾਫ ਦਰਜ ਮੁਕਦਮੇ ਵਿੱਚ ਕਤਲ ਦੇ ਦੋਸ਼ ਤੈਅ ਕੀਤੇ ਗਏ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਮੁਤਾਬਕ ਦੋਸ਼ਾਂਗ੍ਰਿਤ ਮੁਕਦਮਿਆਂ ਵਿੱਚ ਆਈਪੀਸੀ ਦੀ ਧਾਰਾ 302 ਸ਼ਾਮਿਲ ਕੀਤੀ ਗਈ ਹੈ ਜੋ ਕਿ ਤਿੰਨ ਜ਼ਿਲ੍ਹਿਆਂ ਵਿੱਚ 113 ਵਿਅਕਤੀਆਂ ਦੀ ਮੌਤ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਨੇ ਪੰਡੋਰੀ ਗੋਲਾਦ ਰਹਿਣ ਵਾਲੇ ਪੀਓ ਪੁੱਤਰ ਹਰਜੀਤ ਸਿੰਘ ਅਤੇ ਸ਼ਮਸ਼ੀਰ ਸਿੰਘ ਉਰਫ ਸ਼ੇਰਾ ਦੀ ਗ੍ਰਿਫਤਾਰੀ ਨਾਲ ਇਸ ਮਾਮਲੇ ਵਿੱਚ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 54 ਹੋ ਗਈ ਹੈ ਹੁਣ ਤਰੰਤਾਰਨ ਵਿੱਚ 37 ਅੰਮ੍ਰਿਤਸਰ ਵਿੱਚ 9 ਅਤੇ ਬਟਾਲਾ ਵਿੱਚ 8 ਗ੍ਰਿਫਤਾਰੀ ਹੋਈਆਂ ਨੇ ਡੀਜੀਪੀ ਨੇ ਦੱਸਿਆ ਕਿ ਕਸ਼ਮੀਰ ਸਿੰਘ ਅਤੇ ਸਤਨਾਮ ਸਿੰਘ ਉਰਫ ਸੱਤਾ ਤੋਂ ਇਲਾਵਾ ਹਰਜੀਤ ਸਿੰਘ ਅਤੇ ਸ਼ਮਸ਼ੀਰ ਤੇ ਕਤਲ ਦੇ ਦੋਸ਼ਾਂ ਤਹਿਤ ਮਾਮਲਾ ਵਿਦਵਾਸ਼ ਕੀਤਾ ਗਿਆ। ਇਸ ਤੋਂ ਇਲਾਵਾ ਕੇਸ ਵਿੱਚ ਸ਼ਾਮਲ ਅਪਰਾਧੀਆਂ ਨੂੰ ਪਨਾਹ ਦੇਣ ਦੇ ਦੋਸ਼ ਹੇਠ ਦੋ ਮੁਕਦਮੇ ਦਰਜ ਕੀਤੇ ਗਏ ਅਤੇ ਇਸ ਸਬੰਧੀ 21 ਵਿਅਕਤੀਆਂ ਨੂੰ ਗ੍ਰਫਤਾਰ ਵੀ ਕੀਤਾ ਜਾ ਚੁੱਕਾ ਹੈ। अयोध्या ਵਿਖੇ RAM ਜਨਮ ਭੂਮੀ ਪੂਜਨ ਮੌਕੇ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬੀ ਸਿੰਘ ਜੀ ਸਾਹਿਬ ਜੀ ਨੂੰ ਲਵਕੁਸ਼ ਦੇ ਵੰਸ਼ਾ ਦੱਸਣ ਦੇ ਮਾਮਲੇ ਵਿੱਚ ਜਿੱਥੇ ਪਟਨਾ ਸਾਹਿਬ ਦੇ ਸਾਹਿਬਕ ਜਥੇਦਾਰ ਗਿਆਨੀ ਇਕਬਾਲ ਸਿੰਘ ਦਾ ਹਰ ਪਾਸੇ ਵਿਰੋਧ ਕੀਤਾ ਜਾ ਰਿਹਾ ਹੈ ਉੱਤੇ ਹੀ ਅਜ ਉਹਨਾਂ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਕਿ ਜੋ ਪੜੇ ਲਿਖੀ ਵਿਦਵਾਨ ਨੇ ਅਤੇ ਜਿਨ੍ਹਾਂ ਨੂੰ ਇਸ ਮਾਮਲੇ ਦੀ ਪੂਰੀ ਸਮਝ ਹੈ ਉਹਨਾਂ ਵੱਲੋਂ ਅਜੇ ਤੱਕ ਕੋਈ ਵਿਰੋਧ ਨਹੀਂ ਜਤਾਇਆ ਜਾ ਰਿਹਾ ਸਗੋ ਨਾ ਸਮਝ ਲੋਕ ਨੇ ਜੋ ਇਸ ਬਿਆਨ ਦੇ ਕਿੰਤੂ ਪਰੰਤੂ ਕਰ ਰਹੇ ਨੇ श्री फतेहगढ़ साईवासी गुरध्यान ਵੱਲੋਂ ਆਸਕ ਕੈਪਟਨ ਫੇਸਬੁੱਕ ਲਾਈਵ ਪ੍ਰੋਗਰਾਮ ਤਹਿਤ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛੇ ਸਵਾਲ ਦੇ ਜਵਾਬ ਵਿੱਚ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਪਸ਼ੂ ਮੰਡੀਆਂ ਮੁੜ ਖੋਲਣ ਦਾ ਐਲਾਨ ਕੀਤਾ ਜੋ ਕਿ ਮਹਾਮਾਰੀ ਦੇ ਮੱਦੇਨਜ਼ਰ ਬੰਦ ਸਨ ਪੰਜਾਬ ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਕਣਕ ਦੀ ਖਰੀਦ ਦੌਰਾਨ ਮੰਡੀਆਂ ਵਿੱਚ ਮਹਾਮਾਰੀ ਤੋਂ ਬਚਾਅ ਲਈ ਉਪਕਤ ਪ੍ਰਬੰਧ ਕੀਤੇ ਗਏ ਸਨ ਉਸੇ ਤਰਜ਼ ਤੇ ਪਸ਼ੂ ਮੰਡੀਆਂ ਵਿੱਚ ਵੀ ਮਹਾਮਾਰੀ ਤੋਂ ਬਚਾਅ ਦੇ ਸਾਰੇ ਪ੍ਰਬੰਧ ਕਰਕੇ ਇਹ ਮੰਡੀਆਂ ਖੋਲੀਆਂ ਜਾਣਗੀਆਂ ਅੰਮ੍ਰਿਤਸਰ ਦੇ ਇਬਨ ਕਲਾਇ ਲਾਖੇ ਵਿੱਚ ਸਥਿਤ ਪਟਾਕਾ ਫੈਕਟਰੀ ਵਿੱਚ ਅੱਜ ਸਵੇਰੇ ਜ਼ਬਰਦਸਤ ਧਮਾਕਾ ਹੋਇਆ ਇਹ ਧਮਾਕਾ ਇੰਨਾ ਜ਼ਿਆਦਾ ਜ਼ੋਰਦਾਰ ਸੀ ਕਿ ਆਲੇ-ਦੁਆਲੇ ਦੀਆਂ ਕਈ ਇਮਾਰਤਾਂ ਨੁਕਸਾਨੀ ਗਈਆਂ ਨੇ ਘਟਨਾ ਤੋਂ ਬਾਅਦ ਫੈਕਟਰੀ ਮਾਲਕ ਤੇ ਮਜ਼ਦੂਰ ਮੌਕੇ ਤੋਂ ਫਰਾਰ ਹੋ ਗਏ ਇਸ ਸਬੰਧੀ ਸੂਚਨਾ ਮਿਲਦਿਆਂ ਹੀ ਦਮਕਲ ਵਿਭਾਗ ਦੀਆਂ ਗੱਡੀਆਂ ਅਤੇ ਪੁਲਿਸ ਮੌਕੇ ਤੇ ਪਹੁੰਚ ਗਈ ਖਬਰ ਲਿਖੇ ਜਾਣ ਤੱਕ ਅੱਗ ਤੇ ਦਮਕਲ ਵਿਭਾਗ ਵੱਲੋਂ ਕਾਬੂ ਪਾਉਣ ਦੀ ਕੋਸ਼ਿਸ਼ਾਂ ਜਾਰੀ ਨੇ ਉਤੇ ਚੰਡੀਗੜ੍ਹ ਦੇ ਸੈਕਟਰ 27 ਵਿੱਚ ਸਿਤ ਕਿਰਪਾਲ ਕੈਟਰਸ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਮਿਲੀ ਹੈ ਅੱਗ ਲੱਗਣ ਦਾ ਕਾਰਨ ਸੰਬੰਧੀ ਅਜੇ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ ਉਤੇ ਹੀ ਅੱਗ ਲੱਗਣ ਦੇ ਕਾਰਨ ਦਾ ਪਤਾ ਲਗਾਇਆ ਜਾ ਰਿਹਾ ਹੈ ਜੰਡਿਆਲਾ ਗੁਰੂ ਕਸਬੇ ਅਧੀਨ ਇੱਕ ਪਿੰਡ ਕੋਟ ਹਯਾਤ ਵਿੱਚ ਕਾਂਗਰਸ ਸਰਪੰਚ ਦੇ ਗੁੰਡਾਗਰਦੀ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਸਰਪੰਚ ਤੜਲੇ ਨਾਲ ਨਾਜ਼ਰਾ ਪਿੰਡ ਦੇ ਛੱਪੜ ਵਿੱਚੋਂ ਮਿੱਟੀ ਚੋਰੀ ਕਰ ਰਹੇ ਹੈ ਬਲਕਿ ਨਾ ਲੱਗਦੇ ਕਰਦੇ ਜ਼ਮੀਨ ਦੀ ਮਿੱਟੀ ਵੀ ਚੋਰੀ ਕੀਤੀ ਜਾ ਰਹੀ ਹੈ ਇਨਾਈ ਨਈ ਮਾਮਲੇ ਵਿੱਚ ਪੁਲਿਸ ਦੇ ਇੱਕ ਵੀ ਕਾਰਵਾਈ ਕਰਨ ਤੋਂ ਗੁਰੇਸ਼ ਕਰ ਰਹੀ ਹੈ ਇਸ ਸਬੰਧੀ ਬੀਡੀਪੀਓ ਦਾ ਕਹਿਣਾ ਹੈ ਕਿ ਇਹ ਮਾਮਲਾ ਸਾਡੇ ਧਿਆਨ ਵਿੱਚ ਨਹੀਂ ਆਇਆ ਜਿਸ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ ਸਤਾਨਕ ਕਸਬਾ ਚਬਾਲ ਦੇ ਇੱਕ ਨਾਬਾਲਗ ਅੰਮ੍ਰਿਤਾਰੇ ਨੌਜਵਾਨ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਦਿਆਂ ਉਸ ਦੀ ਕੁੱਟਮਾਰ ਕੀਤੀ ਗਈ ਇਸ ਸਬੰਧੀ ਕੁੱਟਮਾਰ ਦੇ ਸ਼ਿਕਾਰ ਹੋਏ ਆਕਾਸ਼ਦੀਪ ਸਿੰਘ ਨੇ ਕਿਹਾ ਕਿ ਉਹ ਆਪਣੇ ਨਿੱਜੀ ਕੰਮ ਤੋਂ ਘਰ ਵਾਪਸ ਜਾ ਰਿਹਾ ਸੀ ਕਿ ਰਸਤੇ ਵਿੱਚ ਸਵਿਫਟ ਕਾਰ ਵਿੱਚ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਧੱਕੇ ਨਾਲ ਅਗਵਾ ਕਰਕੇ ਜ਼ਬਰੀ ਕਾਰ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਜਦ ਉਹ ਕਾਮਯਾਬ ਨਾ ਹੋਏ ਤਾਂ ਬੇਸਬਾਲ ਅਤੇ ਹਾਕੇ ਨਾਲ ਉਸ ਦੀ ਪੂਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਕੇਸਾਂ ਦੀ ਬੇਦਬੀ ਕੀਤੀ ਗਈ ਅਤੇ ਮੇਰੇ ਸ਼੍ਰੀ ਸਾਹਿਬ ਨਾਲ ਵੀ ਖਿੱਚਤੂ ਕੀਤੀ ਗਈ ਅਤੇ ਬਾਅਦ ਵਿੱਚ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ ਥਾਣਾ ਚਬਾਲ ਦੇ ਐਡੀਸ਼ਨਲ ਐਸਐਚਓ ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਲੱਖਾ ਸਿੰਘ ਸ਼ਿਕਾਇਤ ਆਈ ਹੈ ਉਸ ਦੇ ਲੜਕੀ ਦੇ ਕੁਟਮਾਰ ਹੋਈ ਹੈ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਸਬੰਧੀ ਅਸੀਂ ਡੂੰਘਾਈ ਨਾਲ ਜਾਂਚ ਪੜਤਾਲ ਕਰ ਰਹੇ ਹਾਂ ਪਾਵਰਕਾਮ ਐਂਡ ਟਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਫਾਜ਼ਿਲ ਕਾ ਵੱਲੋਂ ਐਕਸਨ ਦਫ਼ਤਰ ਅਗੇ ਪੁਕਰਤਾਲ ਕੀਤੀ ਗਈ ਹੈ ਇਸ ਮੌਕੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਆ ਡਿਵੀਜ਼ਨ ਪ੍ਰਧਾਨ ਅਜੇ ਕੁਮਾਰ ਅਤੇ ਮੀਤ ਪ੍ਰਧਾਨ ਦਰਸ਼ਨ ਸਿੰਘ ਨੇ ਕਿਹਾ ਹੈ ਕਿ ਪਾਵਰਕਾਮ ਸੀਐਚਬੀ ਠੇਕਾ ਕਾਮੇ ਮਹਾਮਾਰੀ ਸੰਕਟ ਦੌਰਾਨ ਐਮਰਜੈਂਸੀ ਡਿਊਟੀਆਂ ਦੇ ਰਹੇ ਨੇ ਅਤੇ ਬਿਜਲੀ ਸਪਲਾਈ ਸੰਬੰਧੀ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਵੀ ਹੱਲ ਕਰਨ ਲਈ ਸੇਵਾ ਭਾਵਨਾ ਨਾਲ ਕੰਮ ਕਰ ਰਹੇ ਨੇ ਪਰੰਤੂ ਪੰਜਾਬ ਸਰਕਾਰ ਅਤੇ ਪਾਵਰਕੋਮ ਮੈਨੇਜਮੈਂਟ ਅਤੇ ਕੀਰਤ ਮੰਤਰੀ ਵੱਲੋਂ ਠੇਕਾ ਕਾਮਿਆਂ ਨੂੰ ਬਣਦਾ ਮਾਨ ਸਨਮਾਨ ਦੇਣ ਦੀ ਥਾਂ ਠੇਕਾ ਕਾਮਿਆਂ ਦੀ ਛਾਂਟੀਆਂ ਕਰਕੇ ਉਹਨਾਂ ਨੂੰ ਬੇਰੋਜ਼ਗਾਰੀ ਦੀ ਪੱਠੀ ਵਿੱਚ ਚੋਖਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਠੇਕਾ ਕਾਮਿਆਂ ਨੇ ਮਹਾਂਮਾਰੀ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹਾਂ, ਵੱਟਾ ਹੀ ਕੱਟ ਕਰਨ ਦੀ ਥਾਂ ਸਿਰਫ ਕੁਝ ਆਗੂ ਹੀ ਭੁਖ ਹੜਤਾਲ ਤੇ ਬੈਠੇ ਨੇ। ਉਹਨਾਂ ਪੰਜਾਬ ਸਰਕਾਰ ਅਤੇ ਪਾਵਰਕੋਮ ਮੈਨੇਜਮੈਂਟ ਤੇ ਕੀਰਤ ਵਿਭਾਗ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਮੰਗਾਂ ਦਾ ਹੱਲ ਨਾ ਹੋਇਆ ਤਾਂ 10 ਅਗਸਤ ਤੱਕ ਭੁਖ ਹੜਤਾਲ ਚਾਲੀ ਰਹੇਗੀ ਅਤੇ 18 ਅਗਸਤ ਨੂੰ ਪਰਿਵਾਰਾ ਸਮੇਤ ਕੀਰਤ ਕਮਿਸ਼ਨਰ ਦਫਤਰ ਦੇ ਬਾਹਰ ਸੂਬਾ ਪਦਰੀ ਧਰਨਾ ਦਿੱਤਾ ਜਾਵੇਗਾ। ਸੋ ਇਸ ਆਨਸਮੋਦ ਆ ਗਿਆ। ਧੰਨਵਾਦ।